ਦਫ਼ਤਰ ਵਿੱਚ ਪਹੁੰਚੇ ਸਾਰੇ ਪੱਤਰਕਾਰਾਂ ਨੂੰ ਜੀ ਆਇਆਂ ਆਖਦੇ ਫਤਿਹ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲ ਖਾਲਸਾ ਵੱਲੋਂ ਸੱਦੀ ਗਈ ਇਸ ਪ੍ਰੈਸ ਕਾਨਫਰੰਸ ਦਾ ਮੇਨ ਟੌਪਿਕ, ਮੇਨ ਮਕਸਦ ਜਿਹੜਾ ਆ ਉਹ ਮੌਜੂਦਾ ਸਮੇਂ ਦੇ ਵਿੱਚ ਭਾਰਤੀ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੂਰੇ ਇੰਡੀਆ ਦੇ ਵਿੱਚ, ਉਸ ਦੇ ਸੰਬੰਧ ਦੇ ਵਿੱਚ ਦਲ ਖਾਲਸਾ ਦੀ ਚੋਣਾਂ ਪ੍ਰਤੀ ਸਟੈਂਡ ਅਤੇ ਦਲ ਖਾਲਸਾ ਦੀ ਨੀਤੀ ਉਹ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਨ ਦੇ ਲਈ ਅੱਜ ਅਸੀਂ ਇੱਥੇ ਦਲ ਖਾਲਸਾ ਆਫਿਸ ਦੇ ਵਿੱਚ ਇਕੱਤਰ ਹੋਏ ਹਾਂ। ਦਲ ਖਾਲਸਾ ਵੱਲੋਂ ਚੋਣ ਨੀਤੀ ਦੇ ਰੂਪ ਦੇ ਵਿੱਚ ਤਿਆਰ ਕੀਤਾ ਗਿਆ ਡਾਕੂਮੈਂਟ ਹੋਣਗੇ, ਜੋ ਵੀ ਤੁਹਾਡੀਆਂ ਇਨਕੁਆਇਰੀਜ਼ ਹੋਣਗੀਆਂ ਉਹਨਾਂ ਨੂੰ ਵੀ ਅਸੀਂ ਜਵਾਬ ਦੇ ਹਾਂ, ਉਹਨਾਂ ਨੂੰ ਵੀ ਅਸੀਂ ਬਾਅਦ ਵਿੱਚ ਡਿਸਕਸ ਕਰਾਂਗੇ ਸਾਰੇ ਦਾ ਸਾਰਾ। ਸੋ ਜਿਹੜਾ ਇੱਕ ਡਾਕੂਮੈਂਟ ਤਿਆਰ ਕੀਤਾ ਗਿਆ ਆ, ਇੱਕ ਇਲੈਕਸ਼ਨ ਪੋਲਸੀ ਜਿਹੜੀ ਆ ਸਾਡੀ, ਉਹ ਦਲ ਖਾਲਸਾ ਦੀ ਮੈਂ ਤੁਹਾਡੇ ਨਾਲ ਜਿਹੜੀ ਆ ਉਹ ਪੜ੍ਹਨ ਲੱਗਾ ਹਾਂ, ਤੁਹਾਡੇ ਸਾਹਮਣੇ ਰੱਖਦਾ ਹਾਂ। ਵਾਹਿਗੁਰੂ ਜੀ ਕੀ ਫਤਿਹ। ਅੱਜ 29 ਅਪ੍ਰੈਲ ਹੈ, ਅੱਜ ਖਾਲਿਸਤਾਨ ਐਲਾਨਨਾਮੇ ਦੀ 78ਵੀਂ ਵਰ੍ਹੇਗੰਢ ਹੈ। ਦਲ ਖਾਲਸਾ ਜਮਹੂਰੀ ਅਤੇ ਰਾਜਸੀ ਢੰਗ ਤਰੀਕਿਆਂ ਨਾਲ ਖਾਲਿਸਤਾਨ ਦੇ ਟੀਚੇ ਦੀ ਪ੍ਰਾਪਤੀ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਤੀਬੱਧ ਹੈ। ਅਸੀਂ ਸਪਸ਼ਟ ਤੌਰ ਉੱਤੇ ਐਲਾਨ ਕਰਦੇ ਹਾਂ ਕਿ ਖਾਲਿਸਤਾਨ ਸਮੂਹ ਪੰਜਾਬੀਆਂ ਦਾ ਅਤੇ ਸਾਰੇ ਪੰਜਾਬੀਆਂ ਲਈ ਹੋਵੇਗਾ। ਇਸ ਦਾ ਸਿਧਾਂਤ ਗੁਰਬਾਣੀ ਅਨੁਸਾਰ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਘ ਹਮਕੋ ਬਨ ਆਈ ਉੱਤੇ ਆਧਾਰਿਤ ਹੋਵੇਗਾ। ਸਿੱਖ ਕੌਮ ਕਿਸੇ ਵੀ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹੈ। ਦਲ ਖਾਲਸਾ ਪੰਜਾਬ ਅਤੇ ਦਿੱਲੀ ਦਰਮਿਆਨ ਟਕਰਾਅ ਨੂੰ ਗੱਲਬਾਤ ਰਾਹੀਂ ਸੁਲਝਾਉਣ ਅਤੇ ਦਿੱਲੀ ਦੇ ਹੁਕਮਰਾਨਾਂ ਨੂੰ ਦਮਨਕਾਰੀ ਪਹੁੰਚ ਅਤੇ ਫਾਸੀਵਾਦੀ ਨੀਤੀਆਂ ਨੂੰ ਤਿਆਗਣ ਦਾ ਸੱਦਾ ਦਿੰਦਾ ਹੈ। ਭਾਰਤੀ ਨਿਜ਼ਾਮ ਹੇਠ ਚੋਣਾਂ ਪ੍ਰਤੀ ਦਲ ਖਾਲਸਾ ਦਾ ਸਟੈਂਡ ਅਤੇ ਨੀਤੀ ਇਸ ਪ੍ਰਕਾਰ ਹੈ। ਸੰਘਰਸ਼ੀ ਲੋਕਾਂ ਅਤੇ ਕੌਮਾਂ ਅੰਦਰ ਆਪਣੇ ਉੱਤੇ ਕਾਬਜ ਨਿਜ਼ਾਮ ਅਧੀਨ ਹੁੰਦੀਆਂ ਚੋਣਾਂ ਵਿੱਚ ਹਿੱਸਾ ਲੈਣ ਜਾਂ ਨਾ ਲੈਣ ਸੰਬੰਧੀ ਹਮੇਸ਼ਾ ਹੀ ਦੁਵਿਧਾ ਅਤੇ ਦੁਚਿੱਤੀ ਰਹੀ ਹੈ। ਭਾਰਤ ਵੱਲੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਭਾਰਤ ਤੋਂ ਮੁਕਤੀ ਦੇ ਰਾਹ ਪਈ ਸਿੱਖ ਕੌਮ ਵੀ ਇਸੇ ਦਵੰਦ ਦਾ ਸ਼ਿਕਾਰ ਚੱਲੀ ਆ ਰਹੀ ਹੈ। ਭਾਰਤ ਤੋਂ ਆਜ਼ਾਦੀ ਦੇ ਰਾਹ ਉੱਤੇ ਤੁਰੇ ਜੁਝਾਰੂ ਅਤੇ ਸੰਘਰਸ਼ਿਤ ਚੋਣਾਂ ਦੇ ਬਾਈਕਾਟ ਦੇ ਸਟੈਂਡ ਨੂੰ ਹਮੇਸ਼ਾ ਪ੍ਰਾਥਮਿਕਤਾ ਦਿੱਤੀ ਹੈ। ਦੂਜੇ ਪਾਸੇ ਪੰਥਕ ਪੇੜ ਅੰਦਰ ਇੱਕ ਧਿਰ ਉਹ ਵੀ ਹੈ ਜਿਸ ਨੇ ਚੋਣ ਵਿਵਸਥਾ ਉੱਤੇ ਟੇਕ ਰੱਖੀ ਸੀ ਅਤੇ ਰੱਖੀ ਹੈ। ਸਿੱਖ ਸਿਧਾਂਤ ਅਨੁਸਾਰ ਚੋਣਾਂ ਵਿੱਚ ਹਿੱਸਾ ਲੈਣ ਦੀ ਕੋਈ ਮਨਾਹੀ ਨਹੀਂ ਹੈ, ਪਰ ਹਾਂ ਇਸ ਪੈਂਤੜੇ ਨੂੰ ਅਪਣਾਉਣ ਦੇ ਇਸ ਪਿੱਛੇ ਕੁਝ ਬੁਨਿਆਦੀ ਅਸੂਲ ਹੋਣੇ ਲਾਜ਼ਮੀ ਹਨ, ਨਾ ਕਿ ਕੇਵਲ ਸੱਤਾ ਦੀ ਪ੍ਰਾਪਤੀ ਦੀ ਦੌੜ ਅਤੇ ਚਾਹਤ। ਕੌਮ ਦੀ ਜੁਝਾਰੂ ਧਿਰ ਵਾਂਗ ਦਲ ਖਾਲਸਾ ਵੀ ਇਸ ਦਲੀਲ ਅਤੇ ਤਰਕ ਦਾ ਹਾਮੀ ਹੈ ਕਿ ਆਜ਼ਾਦੀ ਦੀ ਜੰਗ ਲੜ ਰਹੇ ਲੋਕਾਂ ਅਤੇ ਧਿਰਾਂ ਦੀ ਸੰਯੁਕਤ ਰਾਸ਼ਟਰ ਅਧੀਨ ਸਵੈ ਨਿਰਣੇ ਦੇ ਅਧਿਕਾਰ ਤੋਂ ਬਿਨਾਂ ਭਾਰਤੀ ਨਿਜ਼ਾਮ ਹੇਠ ਚੋਣਾਂ ਵਿੱਚ ਹਿੱਸਾ ਲੈਣਾ ਅਰਥਹੀਣ ਅਤੇ ਬੇਮਤਲਬੀ ਹੈ। ਦਲ ਖਾਲਸਾ ਦਾ ਮੰਨਣਾ ਹੈ ਕਿ ਮੌਜੂਦਾ ਭਾਰਤੀ ਨਿਜ਼ਾਮ ਹੇਠ ਚੋਣਾਂ ਸਵੈ ਨਿਰਣੇ ਦੇ ਅਧਿਕਾਰ ਦਾ ਬਦਲ ਨਹੀਂ ਹੋ ਸਕਦੀਆਂ। ਪੰਜਾਬ ਵਿੱਚ
1 ਜੂਨ ਨੂੰ ਹੋਣ ਜਾ ਰਹੀਆਂ ਭਾਰਤੀ ਲੋਕ ਸਭਾ ਚੋਣਾਂ ਤੋਂ ਦਲ ਖਾਲਸਾ ਨੇ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜਥੇਬੰਦੀ ਦੀ 15 ਮੈਂਬਰੀ ਅੰਤਰਿੰਗ ਕਮੇਟੀ ਦੀ ਬੀਤੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ, ਜਿਸ ਦੀ ਪ੍ਰਧਾਨਗੀ ਦਲ ਖਾਲਸਾ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਚੀਮਾ ਨੇ ਕੀਤੀ ਸੀ। ਆਪਣੇ ਉੱਤੇ ਕਾਬਜ਼ ਮੁਲਕ ਅਤੇ ਉਸ ਦੇ ਜ਼ੁਲਮ ਢਾਉਣ ਵਾਲੇ ਸਿਸਟਮ ਅਤੇ ਤੰਤਰ ਨੂੰ ਕਿਸੇ ਵੀ ਦੇਣ ਵਾਲੀ ਕਿਸੇ ਵੀ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈਂਦੀਆਂ। ਇਹ ਚੋਣਾਂ ਪੰਜਾਬ ਸਮੱਸਿਆ ਦਾ ਹੱਲ ਨਹੀਂ ਕਰ ਸਕਦੀਆਂ ਅਤੇ ਨਾ ਹੀ ਸਿੱਖਾਂ ਦੀ ਕੌਮੀ ਸਥਿਤੀ ਨੂੰ ਬਿਹਤਰ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ। ਭਾਰਤ ਤੋਂ ਆਜ਼ਾਦੀ ਹਾਸਲ ਕਰਨ ਲਈ ਚੋਣਾਂ ਵਿੱਚ ਹਿੱਸਾ ਲੈਣ ਤੋਂ ਬਿਨਾਂ ਹੋਰ ਵੀ ਬਦਲਵੇਂ ਰਾਹ ਅਤੇ ਪੈਂਤੜੇ ਮੌਜੂਦ ਹਨ ਅਤੇ ਬਦਲਦੇ ਸਮਿਆਂ ਵਿੱਚ ਸਾਡੀ ਕੌਮ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਸੰਘਰਸ਼ ਅਤੇ ਅੰਦੋਲਨ, ਨਾ ਕਿ ਭਾਰਤੀ ਸਿਸਟਮ ਅਧੀਨ ਚੋਣਾਂ ਸਾਡੀ ਪ੍ਰਾਥਮਿਕਤਾ ਰਹੇ ਹਨ ਅਤੇ ਅੱਜ ਵੀ ਹਨ। ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੀਆਂ ਹਜ਼ਾਰਾਂ ਸ਼ਹੀਦਾਂ, ਲੰਬੇ ਸਮੇਂ ਤੋਂ ਨਜ਼ਰਬੰਦੀਆਂ ਅਤੇ ਜਲਾਵਤਨੀਆਂ ਹੰਢਾਰੇ ਮਰਜੀਵੜਿਆਂ ਦੀਆਂ ਘਾਲਣਾਵਾਂ ਨੂੰ ਚੋਣਾਂ ਦੀ ਸਸਤੀ ਖੇਡ ਤੋਂ ਕੁਰਬਾਨ ਨਹੀਂ ਕੀਤਾ ਜਾ ਸਕਦਾ। ਪਿਛਲੇ ਵਰ੍ਹੇ 2023 ਵਿੱਚ ਅਸੀਂ 3 ਉੱਘੇ ਸਿੱਖ ਨਾਇਕਾਂ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਦੀਪ ਸਿੰਘ ਨਿੱਜਰ ਅਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਗਵਾ ਚੁੱਕੇ ਹਾਂ। ਉਹਨਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਸ਼ਵਾਸਾਂ ਅਤੇ ਰਾਜਸੀ ਵਿਚਾਰਧਾਰਾ ਦੇ ਕਾਰਨ ਹੀ ਵਿਦੇਸ਼ੀ ਮੁਲਕਾਂ ਵਿੱਚ ਭਾਰਤੀ ਏਜੰਟਾਂ ਦੁਆਰਾ ਕਤਲ ਕੀਤਾ ਗਿਆ ਹੈ, ਜਿਹੜਾ ਦੇਸ਼ ਅਤੇ ਸਿਸਟਮ ਸਾਡੀਆਂ ਇੱਛਾਵਾਂ ਨੂੰ ਕੁਚਲਣ ਅਤੇ ਸਾਡੀਆਂ ਆਵਾਜ਼ਾਂ ਨੂੰ ਗੈਰ ਨਿਆਇਕ ਹੱਥ ਕੰਡਿਆਂ ਰਾਹੀਂ ਖਾਮੋਸ਼ ਕਰਨ 'ਤੇ ਭਾਰੂ ਹੋਵੇ। ਅਸੀਂ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਕੇ ਉਸ ਦੇਸ਼ ਦੀ ਅਖੌਤੀ ਲੋਕਤੰਤਰੀ ਵਿਵਸਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ। ਪੰਜਾਬ ਦੇ ਲੋਕਾਂ ਨੇ UAPA, NSA ਵਰਗੇ ਕਠੋਰ ਕਾਨੂੰਨਾਂ ਅਧੀਨ ਬੇਅੰਤ ਨਜ਼ਰਬੰਦੀਆਂ ਹੰਢਾਈਆਂ ਅਤੇ ਹੰਢਾ ਰਹੇ ਹਨ। ਸਿੱਖ ਆਵਾਮ ਦੇ ਵੱਡੇ ਹਿੱਸੇ ਨੇ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਪੀੜ ਅਤੇ ਮਾਰ ਝੱਲੀ ਹੈ। ਪੰਜਾਬ ਦੇ ਕੁਦਰਤੀ ਸਰੋਤ ਲੁੱਟੇ ਗਏ ਨੇ ਅਤੇ ਲੁੱਟੇ ਜਾ ਰਹੇ ਹਨ। ਵਾਅਦਿਆਂ ਅਤੇ ਬੇਇਨਸਾਫੀਆਂ ਦੀ ਲੰਬੀ ਲੜੀ ਹੈ। ਇਸ ਲਹੂ ਭਿੱਜੀ ਦਾਸਤਾਨ ਨੇ ਸਾਨੂੰ ਬੇਘਰੇ ਅਤੇ ਬੇਵਤਨ ਕੀਤਾ ਹੈ। ਕੀ ਭਾਰਤੀ ਚੋਣਾਂ ਰਾਹੀਂ ਹਿੰਦ ਪੰਜਾਬ ਝਗੜੇ ਦੇ ਹੱਲ ਦੀ ਕੋਈ ਉਮੀਦ ਦਿਖਾਈ ਦਿੰਦੀ ਹੈ? ਪਿਛਲੇ 5 ਦਹਾਕਿਆਂ ਦੇ ਕੌੜੇ ਤਜਰਬੇ ਤੋਂ ਸਾਨੂੰ ਤਾਂ ਕੋਈ ਆਸ ਦਿਖਾਈ ਨਹੀਂ ਦਿੰਦੀ। 1947 ਤੋਂ ਅਤੇ ਖਾਸ ਤੌਰ ਉੱਤੇ ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਵਿੱਚ ਪੰਜਾਬ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਅਤੇ ਅਕਾਲੀ ਅਤੇ ਸਿੱਖ ਨੁਮਾਇੰਦੇ ਭਾਰਤ ਦੀ ਸੰਸਦ ਵਿੱਚ ਵੀ ਭੇਜੇ। ਇਸ ਦੇ ਬਾਵਜੂਦ ਵੀ ਸਿੱਖਾਂ ਦੀ ਸਥਿਤੀ ਵਿੱਚ ਬਿਲਕੁਲ ਵੀ ਕੋਈ ਬਦਲੀ ਨਾ ਕੋਈ ਸਥਿਤੀ ਬਦਲੀ ਹੈ ਅਤੇ ਪੰਜਾਬ ਸਮੱਸਿਆ ਅੱਜ ਵੀ ਇੱਕ ਸਮੱਸਿਆ ਹੀ ਹੈ। ਅਗਸਤ 1982 ਵਿੱਚ ਦਰਬਾਰ ਸਾਹਿਬ ਦੀ ਹਦੂਦ ਤੋਂ ਅਕਾਲੀ ਦਲ ਵੱਲੋਂ ਆਰੰਭ ਕੀਤੇ ਗਏ ਧਰਮਯੁੱਧ ਮੋਰਚੇ ਦੀ ਇੱਕ ਵੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਸੰਸਦ ਵਿੱਚ ਭੇਜੇ ਗਏ ਅਕਾਲੀ ਨੁਮਾਇੰਦੇ ਆਪਣੀ ਕੋਈ ਪ੍ਰਾਪਤੀ ਕੌਮ ਅੱਗੇ ਰੱਖ ਸਕੇ ਹਨ। ਇਸ ਸਮੇਂ ਉੱਤੇ ਸੰਸਦ ਵਿੱਚ ਕੌਮ ਉੱਤੇ ਹੋ ਰਹੇ ਅੱਤਿਆਚਾਰਾਂ ਅਤੇ ਕੌਮ ਦੇ ਦਰਦ ਨੂੰ ਉਜਾਗਰ ਜ਼ਰੂਰ ਕੀਤਾ ਹੈ, ਪਰ ਇਸ ਨਾਲ ਭਾਰਤੀ ਰਾਜ ਦੇ ਸਾਡੇ ਉੱਤੇ ਹੋ ਰਹੇ ਜ਼ੁਲਮ ਰੁਕੇ ਅਤੇ ਥੰਮੇ ਨਹੀਂ ਹਨ ਅਤੇ ਨਾ ਹੀ ਕੌਮ ਉੱਤੇ ਹੋਏ ਅੱਤਿਆਚਾਰਾਂ ਅਤੇ ਜ਼ੁਲਮਾਂ ਦਾ ਇਨਸਾਫ ਹੋਇਆ ਹੈ। ਸਿੱਖਾਂ ਦੀ ਭਾਰਤੀ ਚੋਣ ਵਿੱਚ ਸ਼ਮੂਲੀਅਤ ਦੇ ਬਾਵਜੂਦ
ਵੱਧ ਅਧਿਕਾਰਾਂ ਦੀ ਤਰਜਮਾਨੀ ਕਰਦਾ ਆਨੰਦਪੁਰ ਸਾਹਿਬ ਦਾ ਮਤਾ ਰੁਲ ਕੇ ਰਹਿ ਗਿਆ ਹੈ। ਅਕਾਲੀ ਸੰਸਦ ਮੈਂਬਰਾਂ ਵੱਲੋਂ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਣ ਦੇ ਬਾਵਜੂਦ ਵੀ ਉਹਨਾਂ ਦੀ ਬੰਦ ਖਲਾਸੀ ਮੁਮਕਿਨ ਨਹੀਂ ਹੋ ਸਕੀ। ਦਰਿਆਈ ਪਾਣੀਆਂ ਦੀ ਲੁੱਟ ਨਹੀਂ ਰੁਕੀ, ਪੰਜਾਬ ਨੂੰ ਉਸ ਦੀ ਰਾਜਧਾਨੀ ਚੰਡੀਗੜ੍ਹ ਨਹੀਂ ਮਿਲੀ। ਜੇ ਚੋਣਾਂ ਦੇ ਬਾਈਕਾਟ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੀ ਪਿਆ ਹੈ? ਜੇ ਚੋਣਾਂ ਦੇ ਬਾਈਕਾਟ ਕਰਨ ਨਾਲ ਕੁਝ ਹਾਸਲ ਨਹੀਂ ਹੋਇਆ ਤਾਂ ਚੋਣਾਂ ਲੜਨ ਨਾਲ ਵੀ ਕੌਮ ਦੀ ਝੋਲੀ ਵਿੱਚ ਕੁਝ ਨਹੀਂ ਪੈ ਸਕਿਆ। ਅਫਸੋਸ ਹੈ ਕਿ ਇਨਸਾਫ ਅਤੇ ਹੱਕਾਂ ਲਈ ਸਮੇਂ ਸਮੇਂ ਸਿੱਖ ਨੁਮਾਇੰਦਿਆਂ ਵੱਲੋਂ ਸੰਸਦ ਵਿੱਚ ਉਠਾਈ ਗਈ ਆਵਾਜ਼ ਅਤੇ ਸੜਕਾਂ ਉੱਤੇ ਉਤਰ ਕੇ ਬੁਲੰਦ ਕੀਤੀ ਗਈ ਆਵਾਜ਼ ਦਾ ਇੱਕੋ ਤਰ੍ਹਾਂ ਦਾ ਹੀ ਮੁੱਲ ਪਿਆ ਹੈ। ਪੰਜਾਬ ਵਿੱਚ ਇਨਸਾਫ ਪਸੰਦ ਅਤੇ ਗੈਰਤਮੰਦ ਲੋਕ 1 ਜੂਨ ਵਾਲੇ ਦਿਨ ਜਦ ਦਿੱਲੀ ਦੇ ਨਵੇਂ ਹੁਕਮਰਾਨਾਂ ਨੂੰ ਚੁਣਨ ਲਈ ਘਰੋਂ ਨਿਕਲਣ ਤਾਂ ਚੇਤੇ ਰੱਖਣ ਕਿ 40 ਸਾਲ ਪਹਿਲਾਂ ਇਸੇ ਮੁਲਕ ਦੀਆਂ ਫੌਜਾਂ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਨ ਦੀ ਬਦਨੀਤੀ ਨਾਲ ਚੜ ਕੇ ਆਈਆਂ ਸਨ। ਜਿਸ ਸਿਸਟਮ ਵਿੱਚ ਸਾਡੀ ਕੌਮ ਦੇ ਲੋਕ ਕੈਦ ਹੋ ਚੁੱਕੇ ਹਨ, ਇਹ ਉਹੀ ਸਿਸਟਮ ਹੈ ਜੋ ਪੰਜਾਬ ਦੀ ਅਣਖ ਅਤੇ ਗੈਰਤ ਲਈ ਮੈਦਾਨ ਵਿੱਚ ਨਿਤਰੇ ਜਥੇਦਾਰ ਗੁਰਦੇਵ ਸਿੰਘ ਕੌਂਕੇ, ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਦਾ ਆ ਰਿਹਾ ਹੈ। ਇਹ ਉਹੀ ਸਿਸਟਮ ਹੈ ਜਿਸ ਦਾ ਤੰਤਰ ਅੱਜ ਇੰਨੀ ਦੂਰ ਤੱਕ ਫੈਲ ਗਿਆ ਹੈ ਕਿ ਇਹ ਵਿਦੇਸ਼ਾਂ ਦੀ ਧਰਤੀ ਉੱਤੇ ਜਾ ਕੇ ਵੀ ਸਾਡੇ ਸਿੱਖ ਭਰਾਵਾਂ ਨੂੰ ਜਿਸਮਾਨੀ ਤੌਰ ਉੱਤੇ ਖਤਮ ਕਰ ਰਿਹਾ ਹੈ। ਜਿਹੜਾ ਸਿਸਟਮ ਸਾਡੇ ਭਰਾਵਾਂ ਦੇ ਖੂਨ ਦਾ ਪਿਆਸਾ ਹੋਵੇ, ਉਸ ਮੁਲਕ ਦੇ ਸਿਸਟਮ ਦਾ ਹਿੱਸਾ ਬਣ ਕੇ ਉਸ ਨੂੰ ਹੋਰ ਜ਼ਿਆਦਾ ਤਾਕਤ ਦੇਣਾ ਦਲ ਖਾਲਸਾ ਨੂੰ ਕਦੇ ਵੀ ਗਵਾਰਾ ਨਹੀਂ। ਇਸ ਲਈ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਅਸੀਂ ਭਾਰਤੀ ਸਿਸਟਮ ਨੂੰ ਰੱਦ ਕਰਦੇ ਹੋਏ ਮੌਜੂਦਾ ਨਿਜ਼ਾਮ ਹੇਠ ਹੋ ਰਹੀਆਂ ਚੋਣਾਂ ਤੋਂ ਦੂਰ ਰਹਾਂਗੇ। ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹਾਂ ਕਿ ਜੇਕਰ ਬੀਤੇ ਵਰ੍ਹਿਆਂ ਵਿੱਚ ਸਿੱਖਾਂ ਅਤੇ ਅਕਾਲੀ ਆਗੂਆਂ ਵੱਲੋਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਬਾਵਜੂਦ ਪੰਜਾਬ ਅਤੇ ਪੰਥ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਤਾਂ ਇਹ ਮਸਲੇ ਚੋਣਾਂ ਦੇ ਬਾਈਕਾਟ ਕਰਨ ਨਾਲ ਹੱਲ ਹੋ ਜਾਣਗੇ। ਹਾਂ, ਇਸ ਗੱਲ ਦੀ ਤਸੱਲੀ ਜ਼ਰੂਰ ਰਹੇਗੀ ਕਿ ਭਾਰਤੀ ਸਿਸਟਮ ਦਾ ਬਾਈਕਾਟ ਕਰਕੇ ਅਸੀਂ ਘੱਟੋ ਘੱਟ ਆਪਣੇ ਸਿਧਾਂਤ ਖਾਲਸਾ ਬਾਗੀ ਜਾਂ ਬਾਦਸ਼ਾਹ ਦੇ ਉੱਤੇ ਪਹਿਰਾ ਜ਼ਰੂਰ ਦੇ ਰਹੇ ਹਾਂ। ਸਾਡਾ ਇਹ ਸਿਧਾਂਤਕ ਫੈਸਲਾ ਭਾਰਤੀ ਸਿਸਟਮ ਤੋਂ ਦੂਰੀ ਬਣਾ ਕੇ ਆਪਣਾ ਬਾਗੀਪੁਣਾ ਦੁਨੀਆ ਵਿੱਚ ਦਰਜ ਕਰਵਾਉਣ ਅਤੇ ਬਾਦਸ਼ਾਹਤ ਹਾਸਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਜ਼ਰੂਰ ਦੇਵੇਗਾ। ਸਾਡਾ ਮੰਨਣਾ ਹੈ ਕਿ ਅੱਜ ਦੇ ਸਮੇਂ ਵਿੱਚ ਹਿੰਦ ਪੰਜਾਬ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਅਧੀਨ ਰਾਇਸ਼ਮਾਰੀ ਵਿੱਚ ਹੈ, ਨਾ ਕਿ ਭਾਰਤੀ ਵਿਵਸਥਾ ਅਧੀਨ ਚੋਣਾਂ ਵਿੱਚ। ਦਲ ਖਾਲਸਾ ਨਾ ਤਾਂ ਜਮਹੂਰੀਅਤ ਦੇ ਵਿਰੁੱਧ ਹੈ ਅਤੇ ਨਾ ਹੀ ਲੋਕਤੰਤਰੀ ਪ੍ਰਣਾਲੀ ਦੇ। ਦਲ ਖਾਲਸਾ ਕੈਨੇਡਾ ਵਿੱਚ ਕਿਊਬਿਕ ਅਤੇ UK ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦਾ ਅਧਿਕਾਰ ਅਤੇ ਇੱਕ ਚੋਣ ਏਜੰਡੇ ਦੇ ਤੌਰ ਉੱਤੇ ਸ਼ਾਮਿਲ ਕੀਤਾ ਜਾ ਸਕਦਾ ਹੈ। ਵੱਖ ਵੱਖ ਹੋਣ ਦੇ ਅਧਿਕਾਰਾਂ ਨੂੰ ਦਲ ਖਾਲਸਾ ਕੈਨੇਡਾ ਅਤੇ ਕਿਊਬਿਕ ਅਤੇ UK ਵਿੱਚ ਸਕਾਟਲੈਂਡ ਵਰਗੀ ਇੱਕ ਵਿਵਸਥਾ ਦੀ ਮੰਗ ਕਰਦਾ ਹੈ ਜਿਸ ਵਿੱਚ ਸਵੈ ਨਿਰਣੇ ਦੇ ਅਧਿਕਾਰ ਨੂੰ ਇੱਕ ਚੋਣ ਏਜੰਡੇ ਦੇ ਤੌਰ 'ਤੇ ਸ਼ਾਮਿਲ ਕੀਤਾ ਜਾਵੇ ਅਤੇ ਵੱਖ ਹੋਣ ਦੇ ਅਧਿਕਾਰ ਨੂੰ ਮਾਨਤਾ ਮਿਲੇ। ਦਲ ਖਾਲਸਾ ਦਾ ਟੀਚਾ ਅਤੇ ਮਕਸਦ ਪੰਜਾਬ ਨੂੰ ਪ੍ਰਭੂਸੱਤਾ ਸੰਪੰਨ ਮੁਲਕ ਬਣਾਉਣਾ ਹੈ। ਇੱਕ ਸੱਚ ਇਹ ਵੀ ਹੈ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਸਮੇਤ ਖਾਲਿਸਤਾਨ ਸੰਘਰਸ਼ ਦੇ ਸਾਡੇ ਬਹੁਤ ਸਾਰੇ ਹਮਸਫ਼ਰ ਸਾਥੀ ਅੱਜ ਵੀ ਇਸ ਸਿਸਟਮ ਰਾਹੀਂ ਆਪਣੀ ਕੌਮੀ ਮਕਸਦ ਦੀ ਪੂਰਤੀ ਕਰਨਾ ਚਾਹੁੰਦੇ ਹਨ।
ਦਲ ਖਾਲਸਾ ਉਹਨਾਂ ਸਾਰਿਆਂ ਨੂੰ ਸ਼ੁਭੇਸ਼ਾਵਾਂ ਦਿੰਦਾ ਹੋਇਆ ਉਹਨਾਂ ਦੀ ਜਿੱਤ ਦੀ ਅਰਦਾਸ ਕਰਦਾ ਹੈ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।